ਉਮੀਦਵਾਰਾਂ ਨੂੰ ਜੋੜਨ ਲਈ ਮੰਤਰੀਆਂ ਦੇ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਵਾਲੇ ਫਰਮਾਨ ਨੂੰ ਭਾਜਪਾ ਨੇ ਕੈਪਟਨ ਦਾ ਡਰ ਦੱਸਿਆ ਹੈ। ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਦਿਆਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ 13 ਸੀਟਾਂ ਦੀ ਜ਼ਿੰਮੇਵਾਰੀ ਚੁੱਕਣ ਮਗਰੋਂ ਕੈਪਟਨ ਹੁਣ ਨਰਵਸ ਹੋ ਗਿਆ ਤੇ ਜਾਪਦਾ ਹੈ ਇਸ ਦੇ ਨਾਲ ਹੀ ਹਰਦੀਪ ਪੁਰੀ ਨੇ ਅੰਮ੍ਰਿਤਸਰ ਦੇ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿਣ ਤੇ ਗੁਰੂ ਨਗਰੀ ਦਾ ਪੂਰਨ ਵਿਕਾਸ ਕਰਵਾਉਣ ਦੀ ਗੱਲ ਵੀ ਕਹੀ ਹੈ ਤੇ ਬਾਹਰੀ ਉਮੀਦਵਾਰ ਕਹਿਣ ਵਾਲਿਆਂ ਨੂੰ ਜਵਾਬ ਵੀ ਦਿੱਤਾ ਹੈ। ਹਰਦੀਪ ਪੁਰੀ ਨੇ ਜਲਦੀ ਹੀ ਅੰਮ੍ਰਿਤਸਰ ਲਈ ਵਿਜ਼ਨ ਚਾਰਟ ਰੱਖਣ ਦੀ ਗੱਲ ਕੀਤੀ ਹੈ ਤੇ ਹਲਕਾ ਵਾਸੀਆਂ ਨੂੰ ਬਾਹਰੀ ਤੇ ਅੰਦਰੂਨੀ ਉਮੀਦਵਾਰ ਚੱਕਰ 'ਚ ਨਾ ਪੈਣ ਦੀ ਸਲਾਹ ਵੀ ਦਿੱਤੀ ਹੈ ਕਿਉਂਕਿ ਇੱਥੋਂ ਦੇ ਪਿਛਲੇ MP ਨੇ ਕੁਝ ਵੀ ਨਹੀਂ ਕੀਤਾ ਹੈ। ਮੈਂ ਤੁਹਾਨੂੰ ਦੱਸਣਾ, ਸਾਡੇ ਜਿਹੜੇ ਇੱਥੋਂ ਦੇ ਅਧਿਆਕਸ਼ ਹੈਗੇ ਭਾਰਤੀ ਜਨਤਾ ਪਾਰਟੀ ਦੇ ਸ਼ਵੇਤ ਮਲਿਕ ਜੀ, ਉਹਨਾਂ ਦੇ ਰਿਹਾਇਸ਼ ਤੋਂ ਅਸੀਂ ਚੱਲਾਂਗੇ ਕਿ ਰਿਟਰਨਿੰਗ ਆਫਿਸਰ ਦੇ ਕੋਲ ਜੋ ਉਹਨਾਂ ਦੇ ਰੈਜ਼ੀਡੈਂਸ ਤੋਂ ਨਜ਼ਦੀਕ ਹੀ ਹੈਗਾ ਅਤੇ 12 ਵਜੇ ਦੇ ਕਰੀਬ ਅਸੀਂ ਉੱਥੇ ਨੋਮੀਨੇਸ਼ਨ ਪੇਪਰ ਫਾਈਲ ਕਰਨਾ ਹੈਗਾ ਅਤੇ ਅੱਜ ਪ੍ਰੈਸ ਕਾਨਫਰੰਸ ਜਿਹੜੀ ਤੁਹਾਡੇ ਨਾਲ ਮੈਂ 1.5 ਘੰਟਾ ਸਪੈਂਡ ਕੀਤਾ, ਉਹਦੇ ਬਾਅਦ ਸਾਰੀ ਉਹ ਕਾਗਜ਼ੀ ਕਾਰਵਾਈ ਜਿਹੜੀ ਹੁੰਦੀ ਹੈ ਉਹ ਪੇਪਰ ਦੀ ਸਕਰੂਟਨੀ ਉਹ ਸਾਰੀ ਕਰ ਲਈ, ਬੈਂਕ ਅਕਾਊਂਟ ਖੋਲ੍ਹਣਾ ਅਤੇ ਕੱਲ੍ਹ ਨੋਮੀਨੇਸ਼ਨ ਫਾਈਲ ਕਰਨ ਦੇ ਬਾਅਦ ਫਿਰ ਪੂਰੇ ਜ਼ੋਰ ਨਾਲ ਤੁਹਾਡੇ ਸਾਥ ਨਾਲ ਅਤੇ ਬਾਬਾ ਗੁਰੂ ਮਹਾਰਾਜ ਦੀ ਬਲੈਸਿੰਗਸ ਅਤੇ ਆਸ਼ੀਰਵਾਦ ਨਾਲ ਫਿਰ ਆਪਣਾ ਕੈਂਪੇਨ ਚਾਲੂ ਹੋ ਜਾਏਗੀ ਕਿ ਮੈਨੂੰ ਗੁਰੂ ਮਹਾਰਾਜ ਰਸਤਾ ਦਿਖਾਉਣ, ਮੈਨੂੰ ਸ਼ਕਤੀ ਦੇਣ ਕਿ ਜੋ ਅੰਮ੍ਰਿਤਸਰ ਦੀ ਜਨਤਾ ਹੈ ਉਹਨਾਂ ਦੀ ਮੈਂ ਸੇਵਾ ਜੋ ਹੈ ਗੁਰੂ ਮਹਾਰਾਜ ਦੇ ਦਿਖਾਏ ਤਰੀਕੇ ਅਤੇ ਰਸਤੇ 'ਚ ਕਰ ਸਕਾਂ। ਬੁਲੈਨ TV ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।